ਤੋਂ ਬਾਅਦ ਰਿਹਾ ਮੁੰਡਾ ਸਟਾਰ, ਚੱਲ ਵੀ ਸ਼ਰਾਮ ਸਾਜਲ ਪੱਟੋ ਅੱਗੇ ਵੇਖ ਸਪਾਰਾ, ਓ ਸੱਪਾ ਓ ਸੱਪੂ, ਓ ਸੱਪੂ ਬੰਦਾ ਮਾਰੂ ਓ ਪੱਲੇ, ਆ ਦੇ ਸਪਾਰਾ ਸਪਾਰਾ ਨੰਬਰ ਸ਼ਰਾਮ ਸਾਜਲ ਪੱਟੋ ਦਾ, ਤਾੜੀ ਮਾਰ ਦਿਓ ਤਾੜੀ, ਆ ਹਾ ਹਾ ਅਗਲੀ ਕਬੱਡੀ ਲੋ ਬੈਂਡ ਪੱਟੋ ਦਾ। ਅਗਲੀ ਕਬੱਡੀ ਪਾਉਣ ਵਾਸਤੇ ਆ, ਇੱਕ ਮਿੰਟ ਪਿੱਛੇ ਆਓ ਪਿੱਛੇ ਆਓ ਪਿੱਛੇ ਆਓ, ਅਭੀ ਤੋਂ ਰੈਫਰੀ ਨਹੀਂ ਲੜੀ, ਅਭੀ ਅਬੈਦੁੱਲਾ ਰਾਜਪੂਤ ਅਲੀ ਪਠਾਨ ਡਜਕੋਟ ਵਾਲੇ ਦਾ ਯਾਰ ਨਹੀਂ ਲੜੀ, ਜ਼ਾਹਦ ਮੀਆਂ ਜ਼ਾਹਦ ਸਾਊਦੀ ਵਾਲੇ ਦਾ ਯਾਰ ਰਾਸ਼ਦ ਮਲਕ ਜੀ ਆ ਆਇਆ ਜੀ, ਆ ਕਬੱਡੀ ਸਾਦੁੱਲਾ ਜੱਟ ਸਖੀਰੇ ਵਾਲਾ, ਆ ਗੋਜਰੇ ਵਾਲਾ ਮੁੰਡਾ, ਅੱਗੇ ਚਾਰ ਜਾਫੀ ਕਿਹੜਾ ਮੁੰਡਾ ਡੱਕੇਗਾ 30 ਸਕਿੰਟ, ਟੱਕ ਟੱਕ ਉਹ ਮਾਰਿਆ ਹੀ ਲੱਦ ਕੇ, ਉਹ ਮਾਰਿਆ ਹੀ ਲੱਦ ਕੇ ਮਲਕ ਰਾਸ਼ਦ ਸਾਫ ਜੱਟ, ਉਹ ਰੈਫਰੀ ਜੋ ਕਵੇਗਾ ਉਹ ਹੀ ਮੰਨਣਾ, ਜੋ ਰੈਫਰੀ ਨੇ ਕਹਿਣਾ ਸਾਜਲ ਫਰੀ ਤਾਰਨ ਦੀ ਗੱਲ ਚੱਲੇਗੀ। ਨੰਬਰ ਪੈਂਡਿੰਗ ਰੀਪਲੇ, ਦੁਬਾਰਾ ਦੂਸਰੇ ਰੈਫਰੀ ਪੈਨਲ ਸਟਾਫ ਗੁਲਾਮਬਾਸ ਬੱਟ ਤੋਂ ਚਲਾ ਗਿਆ, ਫੈਲ ਕਰਾਂਗੇ। ਉਧਰ ਰੇਡ ਪੈ ਗਈ ਹੈ, ਉਹ ਮੁੰਡਾ ਕਲੀਮੁੱਲਾ ਜੱਟ, ਆ ਬੜਾ ਜੱਟ ਬੜੀ ਵਾਰ ਦਾ ਕਬੱਡੀ ਪਾ ਰਿਹਾ, ਉਹ ਪ੍ਰੋਫੈਸਰ ਜਨਾਬ ਰੱਖਣਾ ਦਾ ਸ਼ਗਿਰਦ, ਉਹ 205 ਵਜ਼ੀਰ ਵਾਲਾ ਲੋਕ ਧਰਤੀ ਦਾ ਜੰਪਲ ਗਭਰੂ, ਔਰ ਰਾਣਾ ਕਾਮਰਾਨ ਕਾਮੀ, ਉਹ ਕੋਚ ਭਾਈ ਹੋਣਾ ਦਾ ਸ਼ਗਿਰਦ, ਉਹ ਕਰਦਾ ਹੋਇਆ ਟਰਾਈ ਪਰ ਪੁਆਇੰਟ ਰੇਡਰ ਦੇ ਖਾਤੇ ਹੋ ਗਿਆ, ਪੁਆਇੰਟ ਬੀਆਰਬੀ ਕਬੱਡੀ ਕਲੱਬ ਦੇ ਖਾਤੇ। ਮੋਗਲੀ ਰੇਡ ਫਿਰ ਕਹਿੰਦੇ ਆ ਮੁੰਡਾ ਰਜਪੂਤਾਂ ਦਾ, ਕੇ ਸੋਨਾ ਘੜਵਾ ਸਰੀਰ ਕੇ ਮੁੱਲ ਪੈਣ ਸਰੀਰਾਂ ਦੇ, ਜਿਹੜਾ ਲਾਈਆਂ ਮਿਹਨਤਾਂ ਉੱਠ ਕੇ, ਹੋ ਧੰਨ ਯੋਰ ਜਵਾਨਾਂ ਦਾ ਜੇ ਲਜ਼ਰ ਭਰਿਆ, ਹੋ ਭਰਿਆ ਮੇਲਾ ਲੁੱਟ ਕੇ ਲੋ ਟੱਕਰ, ਹੋ ਸਾਬਲਾ ਜੱਟ, ਹੋ ਸਾਬਲਾ ਜੱਟ ਨਾਲ ਟੱਕਰ ਹੋਈ ਆ ਪਰ ਬੈਂਡ ਰਾਣਾ ਹੈਦਰ, ਰਾਣਾ ਹੈਦਰ ਬੈਂਡ ਜਿਹੜਾ ਆਪਣੀ ਟੀਮ ਦੇ ਖਾਤੇ। ਅਗਲੀ ਕਬੱਡੀ ਪਾਉਣ ਵਾਸਤੇ ਚੱਲ ਬਈ ਪੁੱਤਰਾ, ਫਜ਼ਾ ਅਬਦੁਲ ਹਕੀਮ ਦਾ ਪੁੱਤਰ, ਇੰਟਰਨੈਸ਼ਨਲ ਰੈਫਰੀ ਦਾ ਪੁੱਤਰ, ਬਾਹਰਲਿਆਂ ਮੁਲਕਾਂ ਵਿੱਚ ਪਾਕਿਸਤਾਨ ਦੇ ਪਰਚਮ ਦਾ ਮਾਣ ਉਹਨੂੰ ਲੱਗ ਗਿਆ ਜੀ। ਅੱਗੇ ਸੱਪੂ, ਉਹ ਸੱਪਾਲਾ, ਉਹ ਸੱਪਾਲਾ, ਉਹ ਸ਼ੌਕਤ ਸੱਪਾਲਾ ਮੁੰਡੇ ਨੇ ਥੋੜੀ ਜਿਹੀ ਸੱਟ ਮਹਿਸੂਸ ਕੀਤੀ ਆ, ਅੱਲਾ ਪਾਕ ਤੰਦਰੁਸਤੀ ਦੇਵੇ, ਅੱਲਾ ਪਾਕ ਮਿਹਰ ਫਰਮਾਏ, ਅੱਲਾ ਪਾਕ ਇਹਨਾਂ ਪਲੇਅਰਾਂ ਨੂੰ ਮਾੜੀ ਨਜ਼ਰ ਤੋਂ ਬਚਾਏ। ਮੀਆਂ ਆਤਮ ਮਬੀਨ ਅਬਦੁਲ ਹਕੀਮ ਦਾ ਪੁੱਤਰ ਥੋੜੀ ਜਿਹੀ ਖਿੱਚ ਮਹਿਸੂਸ ਕੀਤੀ ਆ, ਅੱਲਾ ਤਾਲਾ ਤੰਦਰੁਸਤੀ ਦੇਵੇ, ਬਹੁਤ ਮਿਹਰਬਾਨੀ ਕੋਈ ਬੰਦਾ ਵੀ ਤੁਸੀਂ। ਚਾਚੇ ਬੂਟੇ ਦਾ ਚੀਨਾ ਕਬੂਤਰ, ਚੱਲ ਵੀ ਅੱਗੇ ਚਾਰ ਜਾਫੀ, ਸ਼ਾਂਡੀ ਬਸਰਾ ਅਤੀਕ ਬਾਵਾ, ਅੱਗੇ ਬੈਦੁੱਲਾ ਰਾਜਪੂਤ ਤੇ ਕਲੀਮੁੱਲਾ ਜੱਟ ਦਾ ਭਰਾ ਸਾਹਿਬ ਜੱਟ, ਚਾਰਾਂ ਚੋ ਕਿਹੜਾ ਡੱਕੇਗਾ, ਉਹ ਨਿਕਲਿਆ ਈ, ਉਹ ਨਿਕਲਿਆ ਈ, ਉਹ ਨਿਕਲਿਆ ਈ ਮੁੰਡਾ, ਬਾਹਰਲਿਆਂ ਮੁਲਕਾਂ ਈ ਨਾ ਕੱਢਿਆ, ਅਤੀਕ ਬਾਵੇ ਨੂੰ ਮਾਰਿਆ ਟੱਚ ਨੰਬਰ ਖਾਬਰ ਦਾ, ਨੰਬਰ ਹੋ ਗਿਆ ਖਾਬਰ ਸਿਆਲ ਦਾ। ਉਧਰ ਉਸਤਾਦ ਗੁਲਾਮਬਾਸ ਬੱਟ ਕਹਿੰਦਾ ਪੁੱਤਰ ਪਿਆਰ ਨਾਲ ਕੌਡੀ ਖੇਲਣੀ ਆ, ਅਗਲੀ ਕਬੱਡੀ ਪਾਉਣ ਵਾਸਤੇ ਚੱਲ ਵੀ ਪੁੱਤਰਾ ਆਈ ਆ, ਨਵਾਜ਼ ਬਾਜੇ ਦਾ ਸ਼ਗਿਰਦ ਆ ਮੁੰਡਾ ਬੱਲੇ ਬੱਲੇ ਕਰਾਉਂਦਾ ਈ, ਉਸਤਾਦ ਰਾਣੇ ਸਹੀ ਦੀਆਂ ਟ੍ਰੇਨਗਾ ਮਿਹਨਤਾਂ ਬੋਲਦੀਆਂ, ਬੱਪੀ ਜੱਟ, ਉਹ ਬੱਪੀ ਜੱਟ ਕੁੰਡਲਿਆਂ ਵਾਲੇ ਦੇ ਲਾਗੇ ਮੁੰਡੇ ਦਾ ਪਿੰਡ। ਰੈਫਰੀ ਫਜ਼ਲਿਆ ਕ ਗੁੱਜਰ ਦੀ ਫਿਸਲ ਕੇ ਡਬਲ ਟੱਚ ਨੰਬਰ ਰੇਡਰ ਦਾ, ਨੰਬਰ ਹੋ ਗਿਆ ਰੇਡਰ ਦਾ। ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬਰ ਤਿਆਰ,
ਆਈ ਪਾਕਿਸਤਾਨੀ ਦੁੱਲਾ ਤੇ ਬੋਲ ਮੇਰੇ ਵੀਰ ਦੇ। ਪਹਿਲਵਾਨ ਬਾਜੀ, ਪਹਿਲਵਾਨ ਬਾਜੀ, ਰੈਫਰੀ ਕਿੰਨੇ ਅੰਦਰ ਦੱਸੋ? ਰੈਫਰੀਆਂ ਦੇ ਰਾਸ਼ਨ ਮੁੱਕਣ ਡਿਆ? ਨਹੀਂ ਨਹੀਂ, ਇੱਕ ਇੱਕ ਰੈਫਰੀ ਇੱਥੇ ਤੇ ਇੱਕ ਉਹਦੇ ਵਿੱਚ ਮਿਡਲ ਚ, ਬਸ ਬਾਕੀ ਰੈਫਰੀ ਸਾਰੇ ਬਾਹਰ ਕੱਢੋ ਪਲੀਜ਼। ਚਾਰ ਚਾਰ ਰੈਫਰੀ ਨੇ ਦੋਨਾਂ ਹਾਫਾਂ ਚ। ਚੰਗੀ ਗੱਲ ਕਰਨ ਡਿਆ ਯਾਰ ਤੁਸੀਂ। ਲਵਲੀ ਰੇਡ, ਹਉ ਤੋ ਮੈਂ ਸਿਰ ਦੁੱਲੇ ਵੀ, ਲਉ ਦੁੱਲੇ ਵੀ ਰੇਡ, ਮੇਰੇ ਤੀਕ ਪਾਵਾ, ਹਉ ਤੀਕ ਪਾਵਾ ਖੜ ਗਿਆ, ਲਉ ਤੋ ਮੈਂ ਸਿਰ ਦੁੱਲਾ, ਹਉ ਪੁਆਇੰਟ ਆਪਣੀ ਟੀਮ ਦੇ ਖਾਤੇ, ਹਉ ਸਰਦਾਰ ਸਿਰੇ ਪੰਜਾਬ ਕਬੱਡੀ ਕਲੱਬ ਦੇ ਖਾਤੇ, ਹਉ ਲੱਖਾਂ ਦੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਲਵਲੀ ਰੇਡ ਫਿਰ ਕਹਿੰਦੇ ਆਹ ਮੁੰਡਾ ਨਜ਼ਾਮ, ਆਹ ਮੁੰਡਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ, ਆਹ ਮੁੰਡਾ ਜੋ ਕਬੱਡੀ ਪਾ ਰਿਹਾ, ਜ਼ਮਾਨ ਮਾਨਾ ਰੋਚਾ ਰਾਮ ਪਿੰਡ ਕੇ ਸਾਥੋਂ ਰੂਸੀਆਂ ਫਿਰ ਬੁਲੰਦੀਆਂ, ਉਹ ਦੇਖੀ ਇੱਕ ਦਿਨ ਪਿਆਰ ਚੁੰਮਣ ਗਿਆ, ਉਹ ਸਮੇਂ ਦਾ ਇੰਤਜ਼ਾਰ ਕਰੀ ਮਿੱਤਰਾ, ਉਹ ਸੂਈਆਂ ਫੇਰ ਘੁੰਮਣ ਗਿਆ, ਉਹ ਸੂਈਆਂ ਫੇਰ ਘੁੰਮਣ ਗਿਆ, ਉਹ ਸਾਹਿਬ ਕਮੇ ਜੀ, ਉਹ ਆਸਮ ਰਾਜਾ ਵੀ ਆਈ ਪਿਆ ਹੋਇਆ, ਉਹ ਆਸਮ ਰਾਜਾ, ਉਹ ਸਾਹਿਬ ਕਮੇ ਜੀ, ਉਹ ਪੁਆਇੰਟ ਆਸਮ ਰਾਜਾ 5000 ਮਿੱਟੂ ਜੱਟ ਜੀ ਹੋਣਾ ਵੱਲੋਂ, ਲੋਕ ਖੁੱਲੇ ਮਾਨ ਸੇਵਾ ਕੇ ਚੋਦਰਾਂ ਦੇ ਕਰੋ ਤੇ ਚਰਚੇ ਨੇ ਹੁੰਦੇ, ਚੋਰੀਆਂ ਦੇ ਕਰੋ ਤੇ ਪਰਚੇ ਨੇ ਹੁੰਦੇ, ਉਹ ਸਾਨੂੰ ਦੱਸਿਆ ਚੱਟਾ, ਉਹ ਸਾਗੇ ਵਾਲਿਆਂ ਨੇ ਕਬੱਡੀ ਦੇ ਕਰਾਈਏ ਨੇ ਖਰਚੇ ਨੇ ਹੁੰਦੇ, ਉਹ ਕਬੱਡੀ ਦੇ ਕਰਾਈਏ ਨੇ ਖਰਚੇ ਨੇ ਹੁੰਦੇ, ਉਹ ਸਾਧ ਲਵੀ ਰੇਡ, ਉਹ ਸਾਧ ਲਵੀ, ਉਹ ਰਾਜਦੀਪ, ਉਹ ਰਾਜਦੀਪ ਅੜ ਗਿਆ, ਉਹ ਪਿਆਦੁੱਲਾ, ਉਹ ਪਿਆਦੁੱਲਾ, ਉਹ ਪਿਆਦੁੱਲਾ, ਉਧਰ ਮਿਰਜ਼ਾ ਮਜਾਜ ਸਾਹਿਬ ਚੋਰੀ ਬਲਾਲ ਪ੍ਰਦੇਸ਼ ਆ, ਉਹਨਾਂ ਵੱਲੋਂ ਹੋਣਾ, ਔਰ 5000 ਮਿੱਟੂ ਜੱਟ ਹੋਣਾ ਵੱਲੋਂ, ਇੱਧਰ ਪਹਿਲੇ ਮਿੱਟੂ ਜੱਟ ਜੀ, ਮਿਰਜ਼ਾ ਮਜਾਜ ਸਾਹਿਬ ਚੋਰੀ ਬਲਾਲ ਪ੍ਰਦੇਸ਼ ਆ, ਔਰ ਸਰਦਾਰ ਹੁਸੈਨ ਡੋਗਰ, ਔਰ ਰਾਣਾ ਮੋਸਲ ਖਾਨ ਥਾਦ ਵਾਲਾ, ਆਹ ਵੇ ਕੁੰਡੀ ਮੋਛਲਾ ਰਾਣਾ ਮੋਸਲ, ਔਰਲੇ ਪਾਸੇ ਟੱਕਰ, ਆਹ ਸਰਦਾਰ ਜ਼ੁਲਕਰ ਨਾਇਣ ਡੋਗਰ, ਸਰਦਾਰ ਜ਼ੁਲਕਰ ਨਾਇਣ ਡੋਗਰ, ਇੱਕ ਮਿੰਟ ਸਰਦਾਰਾਂ ਦਾ ਪੁੱਤ, ਲਓ ਰੈਫਰੀ ਦੀ ਵਿਸਲ, ਪੁਆਇੰਟ ਸਟਾਫ ਲੈਣ ਦੇ ਖਾਤੇ, ਪੁਆਇੰਟ ਸਟਾਫ ਲੈਣ ਦੇ ਖਾਤੇ, ਬਿਆਜ ਲਾ ਉੱਧਰ ਮਿਰਜ਼ੇ ਮਜਾਹ ਤੇਰੀ ਬਲਾਲ ਵਿਦੇਸ਼ ਉਹਨਾਂ ਕੋਲ ਜਾਣਾ, ਰੈਫਰੀ ਦੀ ਆਵਾਜ਼ ਆਈ ਹੈ, ਰੈਫਰੀਆਂ ਦਾ ਫੈਸਲਾ ਹਤਮੀ ਹੋਏਗਾ, ਕਬੱਡੀ ਤਗੜੀ ਹੁੰਦੀ ਪਈ ਆ, ਇੱਧਰ ਅਬੈਦੁੱਲਾ ਰਾਜਪੂਤ ਵਾਸਤੇ ਬਹੁਤ ਵੱਡੇ ਮਾਣ ਸਨਮਾਨ ਕਰਦਾ ਪਿਆ ਮੇਰਾ ਵੀਰ ਭਾਜੀ ਮਿੱਠੂ ਜੱਟ ਕਨੇਡਾ ਵਾਲੇ ਵੱਲੋਂ, ਅੱਜ ਮੈਂ ਕਹਿੰਦਾ ਨਾਮ ਦੇਣ ਵਾਲੀ ਤੇ ਬੰਬ ਵੀ ਕੱਢ ਛੱਡੀ ਆ, ਜ਼ਿੰਦਾਬਾਦ, ਉਹ ਕਬੱਡੀ ਪਾਉਣ ਆ ਗਿਆ ਈ, ਉਹ ਦੇਖ ਲਾ ਕਾਸ਼ੀ ਸੰਧੂ ਆਈ ਮੁੰਡਾ ਰਾਣਾ ਹੈਦਰ, ਚੱਲ ਵੀ ਹੈਦਰ ਪਾ ਦੇ ਕਬੱਡੀ, ਅੱਗੇ ਵੇਖਦੇ ਆ ਕਾਮਰਾਨ ਪਾਡਾ, ਅੱਗੇ ਦੇਖਦੇ ਸ਼ਾਂਡੀ ਬਸਰਾ ਤੀਕ ਪਾਵਾ ਸੈਫ ਜੱਟ ਕਿਹੜਾ ਮੁੰਡਾ, ਉਹ ਮਾਰਿਆ ਈ ਟੱਚ, ਨੰਬਰ ਹੋ ਗਿਆ ਰਾਣੇ ਹੈਦਰ ਦੇ ਖਾਤੇ ਕਬੱਡੀ ਪਾਉਣ ਵਾਸਤੇ, ਉਹ ਆ ਗਿਆ ਸ਼ਹਿਰਾਮ ਸਾਜਦ ਪੱਟੋ, ਉਹ ਆ ਗਿਆ ਮਿਰਜ਼ਾ ਮੁਜਾਹਦ ਮਾਰ ਫਾਹਦ, ਬੀ ਆਰ ਬੀ ਦਾ ਐਡਮਨ ਵੇਂਦਾ ਪਿਆ ਬਹਿਰੀਨ ਦੇ ਵਿੱਚ ਸਵਾਦ, ਉਹ ਸੱਤਾਂ ਵਾਲਾ ਡਬਲ ਡਬਲ ਰੈਫਰੀ ਕਹਿੰਦਾ ਨੰਬਰ ਜਾਫੀ ਦਾ, ਨੰਬਰ ਜਾਫੀ ਦਾ, ਨੰਬਰ ਜਾਫੀ ਦੇ ਖਾਤੇ ਜਾਏਗਾ, ਵਟ ਇਜ਼ ਯੋਰ ਪ੍ਰੋਬਲਮ, ਕਿਆ ਮਸਲਾ ਹੈ ਸੱਪਾਂ ਵਾਲਿਆ, ਸੱਪਾਂ ਵਾਲਿਆ ਐ ਨੂੰ ਬੈਠ ਨਾ ਆਇਆ ਕਰ, ਪਰੇ ਜਾਇਆ ਕਰ, ਇੱਧਰ ਤੇ ਸਾਡੇ ਅੱਗੇ ਹੀ ਰਸ਼ ਬਹੁਤ ਆ, ਕਿਆ ਮਸਲਾ ਯਾਰ, ਰੈਫਰੀਆਂ ਦੇ ਫੈਸਲੇ ਹਤਮੀ ਹੋਣਗੇ, ਕੌਡੀ ਤਗੜੀ ਸਵਾਦ ਪੂਰਾ, ਹੈਲੋ ਗੱਲ ਸੁਣੋ, ਵਾਲੇ ਸ਼ਾਨੇ ਦਾ ਛੋਟਾ ਵੀਰਾ ਖਾਵਰ ਸਿਆਲ ਚਾਚੇ ਬੂਟੇ ਦਾ ਪੁੱਤਰ, ਚਾਚੇ ਸਦੀਕ ਦਾ ਭਤੀਜਾ, ਬਾਬੇ ਐਮੀ ਦਾ ਪੋਤਾ, ਉਹ ਮਾਰਿਆ ਤੀਕ ਪਾਵੇ ਨੂੰ ਟੱਚ, ਨੰਬਰ ਹੋ ਗਿਆ
ਸ਼ਾਨੇ ਸਿਆਲ ਦਾ 10,000 ਰੁਪਈਆ ਤੇ ਚੱਕ ਗੱਭਰੂ ਦਾ ਪਿੰਡ ਔਰ ਰਾਣਾ ਸਹੀ ਤੇ ਨਵਾਜ ਬਾਜੇ ਦਾ ਚੀਤਾ ਨੰਬਰ ਹੋ ਗਿਆ ਬੱਬੀ ਜੱਟ ਦਾ ਜੀ ਮੇਰੇ ਬੋਲ ਮੇਰੇ ਵੀਰ ਤੇ ਮੋਗਲੀ ਰੇਡ ਵਾਟਰ ਬ੍ਰੇਕ ਔਰ ਆ ਗਿਆ ਮੁੰਡਾ ਤਬਸ਼ਰ ਜੱਟ ਉਸਤਾਦ ਗੁਲਾਮ ਬਾਸ ਬੱਟ ਜੀ ਆ ਗਿਆ ਮੁੰਡਾ ਬ੍ਰੈਂਡ ਅੱਗੋ ਅਬਾਦੁੱਲਾ ਰਾਜਪੂਤ ਅਬਾਦੁੱਲਾ ਰਾਜਪੂਤ ਅਲੀ ਪਠਾਨ ਡਜਕੋਟ ਵਾਲਿਆ ਤੇਰਾ ਯਾਰ ਨੰਬਰ ਤਬਸ਼ਰ ਜੱਟ 10,000 ਰੁਪਇਆ ਤਬਸ਼ਰ ਜੱਟ ਮਿੱਠੂ ਜੱਟ ਹੋਣਾ ਵੱਲੋਂ 10,000 ਖੁੱਲੇ ਮਾਣ ਸੇਵਾ ਅੱਜ ਬੱਲੇ ਬੱਲੇ ਕਰਵਾ ਛੱਡੀ ਆ ਮਿੱਠੂ ਹੋਣਾ ਨੇ ਉਹ ਸ਼ਾਹਕੋਟ ਦੇ ਵਿੱਚ ਵੱਡਾ ਕੱਪ ਕਰਾ ਔਰ ਦੁਨੀਆ ਵੀ ਨੱਚਣ ਲਾ ਉਧਰ ਮਿਰਜ਼ੇ ਮੁਜਾਹਦ ਉਹਨਾਂ ਦੇ ਕੋਲ ਜਾਣਾ ਉਹਨਾਂ ਵੱਲੋਂ ਖੁੱਲੇ ਮਾਣ ਸੇਵਾ ਹੋਣਗੇ ਮੋਗਲੀ ਰੇਡ ਫਿਰ ਖਾਬਰ ਸਿਆਲ ਦੀ ਕਬੱਡੀ ਪਿਆਰੀ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖਾਬਰ ਸਿਆਲ ਦੀ ਕਬੱਡੀ ਰਾਤਾਂ ਨੂੰ ਨਹੀਂ ਸੋਂਦੇ ਜਿਹੜਾ ਕਿਹਨੇ ਅੱਗ ਲਾਉਣੀ ਹੈ ਉਹ ਡਰਦੇ ਨਹੀਂ ਹੁੰਦੇ ਜਿਹੜਾ ਦੁਨੀਆ ਡਰਾਉਣੀ ਹੈ ਉਹ ਕਈ ਵਾਰ ਅੱਖਾਂ ਉੱਤੇ ਬੰਨ ਪੱਟੀਆਂ ਉਹ ਧਾਗੇ ਸੂਈ ਵਾਲੇ ਉਹ ਨੱਕੇ ਚ ਨਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਬੀਜਦੇ ਇੱਧਰ ਆ ਜਾ ਵੀ ਖਾਬਰ ਸਿਆਲ ਮਿੱਟੂ ਜੱਟ ਹੋਣਾ ਵੱਲੋਂ 10,000 10,000 ਤੇਰਾ ਮਿੱਟੂ ਜੱਟ ਹੋਣਾ ਵੱਲੋਂ ਕਬੱਡੀ ਪਾਉਣ ਵਾਸਤੇ ਆ ਗਿਆ ਉਸਤਾਦ ਨਵਾਜ ਬਾਜੇ ਦਾ ਸ਼ਗਿਰਦ ਔਰ ਰਾਣੇ ਸਹੀ ਦਾ ਚੀਤਾ ਬੱਬੀ ਜੱਟ ਇੰਟਰਨੈਸ਼ਨਲ ਸਟਾਰ ਮੁੰਡਾ ਬੱਲੇ ਬੱਲੇ ਉਹਦੇ ਚੜਾਈ ਸਰਦਾਰ ਜੋਲਕਰ ਨੈਣ ਡੋਗਰ ਔਰ ਡਜਕੋਟ ਵਾਲਾ ਮੁੰਡਾ ਡੋਗਰਾਂ ਦਾ ਕਬੱਡੀ ਰਾਣੇ ਹੈਦਰ ਦੀ ਚੱਲ ਵੀ ਹੈਦਰ ਪਾਦੇ ਕਬੱਡੀ ਅੱਗੇ ਸ਼ਾਨੀ ਬਸਰਾ ਤੀਕ ਪਾਵਾ ਅੱਗੇ ਸਾਫ ਜੱਟ ਆ ਨਿਕਲਿਆ ਗੋਦਰੇ ਵਾਲਾ ਆ ਭਿੱਖੀ ਵਾਲਾ ਨਿਕਲਿਆ ਇੰਟਰਨੈਸ਼ਨਲ ਜਾਫੀ ਆ ਨਿਕਲਿਆ ਬਸਰਾ ਇਹ ਬਸਰਾ ਵੀ ਕਬੂਤਰਬਾਜ਼ੀ ਦੀ ਦੁਨੀਆ ਦਾ ਬ੍ਰਾਂਡ ਆ ਬੰਦਾ ਮਾਰੂ ਏ ਕੀੜੇ ਪੈਣਗੇ ਮਰੇਗੀ ਸੱਪ ਲੜ ਕੇ ਸੱਜਣਾ ਨੂੰ ਧੋਖਾ ਦੇਣ ਵਾਲੀਏ ਰਾਣਾ ਹੈਦਰ 10,000 ਰੁਪਇਆ ਮਿੱਟੂ ਜੱਟ ਹੋਣਾ ਵੱਲੋਂ ਆ ਜਾ ਵੀ ਰਾਣਾ ਹੈਦਰ 10,000 ਆਪਣਾ ਲੈ ਜਾ ਲੋਕਲੀ ਰੇਡ ਫਿਰ ਕਹਿੰਦੇ ਉਹ ਪੱਟੋ ਦੀ ਕਬੱਡੀ ਪਿਆਰੀ ਹੈ ਉਹ ਪੀਆਰਪੀ ਕਲੱਬ ਵਾਲਾ ਮੁੰਡਾ ਔਰ ਡਬਲ ਟੱਚ ਹੋ ਗਿਆ ਫਜ਼ਲਿਆ ਗੁੱਜਰ ਦੀ ਵਿਸਲ ਪੁਆਇੰਟ ਰੇਡਰ ਦੇ ਖਾਤੇ ਹੋ ਗਿਆ 10,000 ਰੁਪਇਆ ਮਿੱਟੂ ਜੱਟ ਜੀ ਹੋਣਾ ਵੱਲੋਂ ਸੱਪਾਂ ਵਾਲਿਆ ਤੈਨੂੰ ਅੱਗੇ 2-3 ਲੱਖ ਦੇਤਾ ਹੁਣ ਡਬਲ ਡਬਲ ਹੀ ਫੜੀ ਜਾਣਾ ਤੇਰਾ ਮੈਨੂੰ ਇਲਾਜ ਨਾ ਕਰਨਾ ਪਵੇ ਜਿੰਦਾਬਾਦ ਜੀ ਕਾਮਰਾਨ ਜੀ ਲਵਲੀ ਰੋਡ ਫਿਰ ਕਹਿੰਦੇ ਆ ਮੁੰਡਾ ਨਿਜ਼ਾਮਪੁਰ ਚੇਲੇ ਵਾਲਾ ਉਹ ਤਬਸ਼ਰ ਜੱਟ ਕਬੱਡੀ ਪਾ ਰਿਹਾ ਲੋਕ ਚਾਰੋ ਜਾਫੀ ਤਿਆਰ ਰਹੇ ਔਰ ਚੋਹਾਂ ਦੇ ਵਿੱਚੋਂ ਉਹ ਕਿਧਰੇ ਟੱਕਰ ਹੁੰਦੀ ਆ ਆ ਮੁੰਡਾ ਕਹਿੰਦੇ ਲੋਕ ਕਾਮਰਾਨ ਪਾਟਾ ਉਹ ਪਾਟਾ ਕਰਦਾ ਹੈ ਟਰਾਈ ਉਹ ਕਹਿੰਦੇ ਸੱਚੇ ਉਹ 10,000 ਰੁਪਇਆ ਉਹ ਤਬਸ਼ਰ ਜੱਟ ਮਿੱਟੂ ਜੱਟ ਹੋਣਾ ਵੱਲੋਂ ਲੋਕ 10,000
ਔਰ ਰਾਣੇ ਮੇਸਰ ਹੁਣਾਂ ਵੱਲੋਂ ਵੀ ਔਰ ਸਾਡੀ ਮਲਗੇ ਔਰ ਚਾਂਦ ਮਲਗੇ ਔਰ ਜਨਾਬ ਵਹਾਬ ਰਾਣਾ ਵਹਾਬ ਸਾਹਿਬ ਕੈਨੇਡਾ ਵਾਲੇ ਅਗਲੀ ਰੋਡ ਅਗਲੀ ਰੋਡ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਆਹ ਬੰਦਾ ਰੋਚਾ ਰਾਂਦੀਆਂ ਮੇਜ਼ਬਾਨ ਮਾਡਾ ਉਹ ਸੱਪਾ ਵਾਲਾ ਉਹ ਸੱਪਾ ਵਾਲਾ ਸੱਪਾ ਵਾਲਾ ਉਹ ਸੱਪਾ ਵਾਲਾ ਉਹ ਬੱਲੇ ਬੱਲੇ ਹੋਈ ਪਈ ਆ ਉਹ ਸਵਾਦ ਕਬੱਡੀ ਦਾ ਉਹ ਲੱਗਦੇ ਹੋਈ ਮੈਂ ਕਹਿੰਦਾ ਇਸ ਮੁੰਡੇ ਨੇ ਤੇ ਬਾਬਾ ਵੱਲੋਂ ਵੀ 10,000 ਔਰ ਬਿੱਟੂ ਜੱਟ ਹੋਣਾ ਵੱਲੋਂ ਵੀ ਔਰ ਰਾਣਾ ਮੋਸਲ ਖਾਨ ਠਾਡ ਵਾਲਾ ਉਹਦੇ ਵੱਲੋਂ ਵੀ ਖੁੱਲੇ ਮਾਨ ਹੋਣਾ ਉਹ ਸੱਪਾਂ ਵਾਲੇ ਵਾਸਤੇ ਇੱਧਰ ਕਬੱਡੀ ਪਾਉਣ ਵਾਸਤੇ ਖਾਵਰ ਸਿਆਲ ਚੱਲ ਵੀ ਖਾਵਰ ਪਾ ਦੇ ਕਬੱਡੀ ਸਾਡੀ ਹੁਣਾਂ ਵੱਲੋਂ 10,000 ਰੁਪਇਆ ਬਾਈ ਸੱਪਾਂ ਵਾਲੇ ਦਾ ਔਰ ਰਾਣੇ ਮੋਸਲ ਵੱਲੋਂ ਔਰ ਬਿੱਟੂ ਜੱਟ ਹੋਣਾ ਵੱਲੋਂ 10,000 ਦੇ ਖਾਵਰ 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 ਅਤੀਕ ਪਾਵਾ ਖਾਵਰ ਸਿਆਲ ਅਤੀਕ ਪਾਵਾ ਨੰਬਰ ਹੋ ਗਿਆ ਖਾਵਰ ਸਿਆਲ ਕਿਆ ਮਸਲਾ ਯਾਰ ਉਧਰ ਰੈਫਰੀ ਆ ਆ ਜਾ ਵੀ ਆ ਜਾ ਇਧਰ ਆ ਜਾ ਇਧਰ ਆ ਜਾ ਮੁੰਡੇ ਖਾਵਰ ਸਿਆਲ ਖਾਵਰ ਜੱਟ ਹੋਣਾ ਵੱਲੋਂ 10 ਔਰ ਸ਼ਾਦੀ ਮਲਕ ਹੋਣਾ ਵੱਲੋਂ ਵੀ 10 ਉਧਰ ਵਹਾਬ ਕੈਨੇਡਾ ਵਾਲਾ ਔਰ ਸ਼ਾਦੀ ਮਲਕ 10,000 ਰੁਪਇਆ 10 ਮਿੱਠੂ ਜੱਟ ਹੋਣਾ ਵੱਲੋਂ ਇਧਰ ਕਬੱਡੀ ਕਲੀਮੁੱਲਾ ਜੱਟ ਦੀ ਸੈਫ ਜੱਟ ਦਾ ਭਰਾ ਔਰ ਨਿਕਲਿਆ ਮੁੰਡਾ ਬੱਲੇ ਬੱਲੇ ਵੱਗੀ ਔਰ ਦੇਖ ਲਾ ਮੁੰਡਾ ਮੁੰਡਾ ਸ਼ਾਮਿਆ ਨੰਬਰ ਹੋ ਗਿਆ ਕਲੀਮੁੱਲਾ ਜੱਟ ਦਾ ਮੈਂ ਕਹਿੰਦਾ ਉਧਰ ਵੀ 10,000 ਇਧਰੋਂ ਵੀ ਭਾਜੀ ਮਿੱਠੂ ਜੱਟ ਜੀ ਮਲਕ ਸ਼ਾਨੀ ਜੀ ਲਵ ਯੂ ਹੋ ਗਿਆ ਬਾਈ ਏਦਾਂ ਹੀ ਪ੍ਰਮੋਟਿੰਗ ਹੁੰਦੀ ਆ ਮੈਂ ਕਹਿੰਦਾ ਇਧਰ ਭਾਜੀ ਮਿੱਠੂ ਜੱਟ ਨੇ ਵੀ ਫੇਰ ਕਾਪੀਆਂ ਨਵੀਆਂ ਕੱਢ ਲਈਆਂ ਨਵਾਂ ਥੈਲਾ ਖੋਲ ਲਿਆ ਪਿਛਲਾ ਜਿਹੜਾ 60 ਲੱਖ ਵਾਲਾ ਮੁੱਕ ਗਿਆ ਨਵਾਂ ਖੋਲ ਲਿਆ ਉਹ ਬੰਦਾ ਉਹ ਰਾਜਪੂਤਾਂ ਦਾ ਰਾਜਪੂਤਾਂ ਦਾ ਉਧਰ ਦੇ ਉਧਰ ਬਸਰਾ ਕੀ ਕਰਦਾ ਛੋੜੋ ਛੋੜੋ ਡੋਨਟ ਟੱਚ ਮੀ ਜ਼ੋਰ ਖਿੱਚਾ ਆਈ ਸ਼ਾਨੇ ਰਾਣਾ ਹੈਦਰ ਰਾਣਾ ਹੈਦਰ ਮਲਕ ਸ਼ਾਨੀ ਹੋਣਾ ਵੱਲੋਂ 10,000 ਔਰ 10,000 ਮਿੱਠੀ ਜੱਟ ਹੋਣਾ ਵੱਲੋਂ ਇਧਰ ਆ ਜਾ ਵੀ ਇਧਰ ਅੱਜ ਬਾਈ ਨੱਕ ਬੰਦ ਕਰ ਛੱਡਿਆ ਮਿੱਠੂ ਜੱਟ ਹੋਣਾ ਰੁਪਈਏ ਦੇਵੇਗੇ ਔਰ ਸ਼ਾਨੀ ਮਲਕ ਔਰ ਰਾਣਾ ਵਹਾਬ ਕੈਨੇਡਾ ਵਾਲੇ ਉਹਨਾਂ ਵੱਲੋਂ 10,000 ਔਰ ਰਾਣਾ ਮੋਸਰ ਖਾਦ ਵਾਲਾ ਔਰ ਮਿੱਠੂ ਜੱਟ ਜੀ ਜੋ ਖੁੱਲੇ ਮਾਨਸੇਵਾ ਦੇ ਰਹੇ ਆ ਅਗਲੀ ਰੋਡ ਉਹ ਬੱਬੀ ਜੱਟ ਦੀ ਉਹ ਮਿੱਠੂ ਜੱਟ ਜੀ ਆਹ ਮੁੰਡਾ ਕੰਬਿਆਂ ਦਾ ਆਸਮ ਰਾਜਾ ਆਸਮ ਰਾਜਾ ਆਸਮ ਰਾਜਾ ਆ ਜਾ 10,000 ਇਧਰੋਂ 10 ਇਧਰੋਂ 10,000 ਰੁਪਇਆ ਸ਼ਾਦੀ ਮਲਗੇ ਔਰ ਰਾਣਾ ਵਹਾਬ ਕੈਨੇਡਾ ਵਾਲੇ ਔਰ ਰਾਣਾ ਮੋਸਲ ਖਾਨ ਔਰ 10,000 ਮਿੱਠੂ ਜੱਟ ਹੋਣਾ ਵੱਲੋਂ 10,000 ਖੁੱਲੇ ਮਾਨ ਸੋਲਾ ਅੱਲਾਹੁ ਅਕਬਰ ਮੈਂ ਕਹਿੰਦਾ ਪੂਰੀ ਬੰਬ ਕੱਢਤੀ ਆ ਜਿੰਨੀ ਪ੍ਰਮੋਟਿੰਗ ਅੱਜ ਨਨਕਾਣਾ ਕਬੱਡੀ ਕੱਪ ਤੇ ਮਲਕ ਰਸ਼ੀਦ ਜੀ ਸਵਾਦ ਪੂਰਾ ਆਈ ਪਾਕਿਸਤਾਨੀ ਦੁੱਲਾ ਇਧਰ ਭਾਜੀ ਮਿੱਠੂ ਜੱਟ ਨੇ ਕਿਹਾ ਮੁੰਡੇ ਰਾਜੀ ਕਰਨੇ ਆ ਬੱਲੇ 10,000 10,000 ਤੋਂ ਬਸ਼ਰ ਜੱਟ ਆ ਜਾ ਵੀ ਆ ਜਾ 10,000 ਨਾਲ ਆਪਣਾ ਉਧਰੋਂ ਰਾਣਾ ਵਹਾਬ ਕੈਨੇਡਾ ਵਾਲੇ ਔਰ ਸ਼ਾਦੀ ਮਲਕ ਹੋਣਾ ਕੋਲ ਵੀ 10,000 ਔਰ ਇਧਰੋਂ ਮਿੱਠੂ ਜੱਟ ਹੋਣਾ ਕੋਲ ਵੀ 10,000 ਔਰ ਪਹਿਲਾ ਹਾਫ ਸਮਾਂ ਮੇਰਾ ਖਿਆਲ ਹੈ ਪਹਿਲਾ ਹਾਫ ਸਮਾਂ ਸਮਾਪਤ ਹੋ ਗਿਆ ਇਹਦੀਆਂ ਪੁਰੀਆਂ ਦੁੱਲਾ ਹਰ ਰਾਣੇ ਦੀ ਬਾਬਰ ਦਾ ਸ਼ਗਿਰਦ ਹੈ ਦੁੱਲਿਆ ਆ ਜਾ 10,000 ਰੁਪਇਆ ਚੋਰੀ ਅਕਰਮ ਸੰਧੂ ਔਸਫ ਟਹਿਰੇ ਸ਼ੇਰੇ ਪੰਜਾਬ ਭਾਜੀ ਮਿੱਠੂ ਜੱਟ ਰਾਣਾ ਵਹਾਬ ਤੇ ਸ਼ਾਹ ਦੀ ਮਲਕ ਕੈਨੇਡਾ ਵਾਲਾ
ਉਹਨਾਂ ਵੱਲ ਵੀ ਕਹਿੰਦੇ 10,000 ਰੁਪਇਆ ਦਿੱਤਾ ਜਾਣਾ ਹੈ ਪੈਂਦੀ ਰੇਡ ਭੱਟੋ ਦੀ ਤੇ ਕਰਦੇ ਗੱਲ ਸਦਾਕਤ ਭਰਾ। ਹਾਓ ਕਹਿੰਦੇ ਭੱਟੋ ਸਿਰੇ ਦੇ ਪੁਆਇੰਟ ਦਾ ਵਾਧਾ ਕਰ ਗਿਆ ਹੈ। ਕਹਿੰਦੇ ਫਾਈਨਲ ਮੈਚ ਹਰ ਰੇਡ ਤੇ ਹਰ ਪੁਆਇੰਟ ਤੇ ਮਿੱਠੂ ਭਾਜੀ ਹੁਰੇ ਵੱਲੋਂ ਬਈ ਸ਼ਾਨੀ ਭਾਜੀ ਹੁਰੇ ਵੱਲੋਂ ਕਹਿੰਦੇ 10,000 ਰੁਪਈਏ ਨਾਲ ਮਾਨ ਹੋ ਰਿਹਾ ਕਿ ਜੀਵ ਜੂੰਦਿਆਂ ਨੂੰ ਕਾਹਨੂੰ ਮਾਰਨਾ ਹੈ ਜੇਕਰ ਮੋਇਆਂ ਨੂੰ ਨਹੀਂ ਜਗਾਉਣ ਜੋਗਾ ਉਹ ਮਿਲੇ ਰੂਹਾਂ ਨੂੰ ਕਿਉਂ ਲਿਖਾੜਨਾ ਹੈ ਜੇਕਰ ਵਿਛੜੇ ਨਹੀਂ ਬੁਲਾਉਣ ਜੋਗਾ ਉਹ ਬੂਹੇ ਆਏ ਸਵਾਲੀ ਨੂੰ ਕਿਉਂ ਝਿੜਕੇ ਜੇਕਰ ਪੱਲੇ ਉਹ ਖੈਰ ਨਹੀਂ ਪਾਉਣ ਜੋਗਾ ਉਹ ਬਾਬਾ ਬੇਦੀ ਚੰਦਾ ਬਦੀਆਂ ਬੰਦ ਕਰ ਦੇ ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ ਅਬੈਦੁੱਲਾ ਰਾਜਪੂਤ ਚੌਧਰੀ ਬਲਾਲ ਭੰਦੇਸ਼ਾ ਉਹ ਕਹਿੰਦੇ ਮਿਰਜ਼ਾ ਮੁਜਾਹਦ ਉਸਤਾਦ ਸ਼ਬਾਜ ਭੰਦੇਸ਼ਾ ਜੀ ਮਾਣੇ ਗਭਰੂੜਾ ਦਾ ਉਹ ਹੀਰਾ ਹੈ ਉਹ ਸਾਰ ਉਹ ਖਾਵਰ ਨੂੰ ਢਾਉਣ ਵਾਲੀ ਗੱਲ ਕਰ ਗਿਆ ਆਣ ਕਹਿੰਦੇ ਚੱਕੇ ਜਾਮ ਕਰ ਗਿਆ ਗਭਰੂ ਇੱਧਰ ਆ ਜਾ ਅਬੈਦੁੱਲਾ ਰਾਜਪੂਤ ਭਾਈ ਮਿੱਠੂ ਜੱਠੂਣਾ ਕੋਲ ਮਿਰਜ਼ਾ ਮਜਾਹਦ ਚੋਰੀ ਬਲਾਲ ਭੰਦੇਸ਼ਾ ਕੋ ਵੀ ਸ਼ਾਨੀ ਮਲੇ ਕਨੇਡਾ ਵਾਲਾ ਤੇ ਰਣਾ ਵਹਾਬ ਹੁਣਾਂ ਕੋ ਵੀ ਆਪਣੇ ਨਾਲ ਦੀ ਨਾਲ ਨਾਮ ਲਈ ਜਾਣਾ ਹੈ ਆਹ ਮੁੰਡੇ ਨੂੰ ਕਹਿੰਦੇ ਆਹ ਹੋਂਡਾ ਸਵਿਫਟ ਗੱਡੀ ਦਿੱਤੀ ਜਾਣੀ ਆ ਬੀ ਆਰ ਬੀ ਬੈਲਜੀਅਮ ਕੋਟੀ ਕਲੱਬ ਵਾਲਿਆਂ ਵੱਲੋਂ ਬੀ ਆਰ ਬੀ ਬੈਲਜੀਅਮ ਕੋਟੀ ਕਲੱਬ ਵੱਲੋਂ ਬਾਈ ਆਹ ਕੰਮ ਹੈਲੋ 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 ਪਲੀਜ਼ ਪੰਜ 2 ਰੁਪਈਏ ਸੁੱਟ ਕੇ ਮੇਲਾ ਨਾ ਖਰਾਬ ਕਰੋ ਪਲੀਜ਼ ਤੁਸੀਂ ਸਾਡੇ ਰਿਸਪੈਕਟ ਵਾਲੇ ਹੋ ਇਹ ਕੰਮ ਨਹੀਂ ਬਿਲਕੁਲ ਕਰਨਾ ਪਲੀਜ਼ ਉਦਾਂ ਦਿਓ ਹਾਂ ਨਾ ਕੰਮ ਕਰੋ ਤੁਹਾਡੀ ਮਿਹਰਬਾਨੀ ਹੈ ਨਾ ਕਰੋ ਸਿਰ ਕੰਮ ਨਾ ਕਰੋ ਮੈਂ ਜੇ ਵੇਖਣਾ ਤਾਂ ਵੇਖੋ ਜੇ ਨਹੀਂ ਵੇਖਣਾ ਤਾਂ ਤੁਸੀਂ ਜਾ ਸਕਦੇ ਹੋ ਆਹ ਕੰਮ ਨਾ ਕਰੋ ਰਾਣਾ ਹੈਦਰ ਸਾਹਮਣੇ ਕਬੱਡੀ ਪਾ ਰਿਹਾ ਰਾਜਪੂਤਾਂ ਦਾ ਸ਼ੇਰ ਪੁੱਤਰ ਹੈ ਆ ਦੂਜੇ ਪਾਸੇ ਕਹਿੰਦੇ ਉਹ ਮੂਹਰੇ ਹੋਇਆ ਸੀਗਾ ਸੈਫੁੱਲਾ ਬਾਈ ਸ਼ਾਨ ਹੀਰਾ ਹੈ ਹੁਣ ਨੰਬਰ ਕਹਿੰਦੇ ਧਾਵੀ ਦਾ ਆਹ ਨੰਬਰ ਕਹਿੰਦੇ ਰਾਣੇ ਹੈਦਰ ਦਾ ਹੋ ਗਿਆ ਖੇਡ ਦੇ ਮੈਦਾਨ ਵਿੱਚ ਕਹਿੰਦੇ ਕਬੱਡੀ ਪਾਉਣ ਨੂੰ ਮੁੰਡਾ ਵਧੀਆ ਹੋਇਆ ਹੈ ਆ ਬੱਬੀ ਜਾਟਿਆ ਚੋਰੀ ਜ਼ਮੈਰ ਏ ਚੋਰੀ ਸਾਰ ਜੱਠੂਣਾ ਦਾ ਕਹਿੰਦੇ ਆ ਚਹੇਤਾ ਕਬੱਡੀ ਪਾ ਰਿਹਾ ਨਵਾਜ਼ ਬਾਜੇ ਦਾ ਮਾਣ ਏ ਹਰ ਰੇਡ ਖੇਡ ਦੇ ਮੈਦਾਨ ਵਿੱਚ ਪਾਉਣ ਨੂੰ ਬੱਬੀ ਜੱਟ ਉੱਪੜਿਆ ਹੋਇਆ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਦੇ ਮੁੱਕਣੀ ਹੈ ਜਿਹੜੀ ਟੀਮ ਨੇ ਜੱਫੇ ਜ਼ਿਆਦੇ ਲਾਏ ਉਹਦੇ ਵੱਲੋਂ ਜ਼ਿਆਦੇ ਆ ਕਹਿੰਦੇ ਨੰਬਰ ਵਧਣੇ ਹੈ ਹਰ ਰੇਡ ਕਹਿੰਦੇ ਬੱਬੀ ਚੜ੍ਹਦੀ ਨੰਬਰ ਵੀ ਬੱਬੀ ਦਾ ਪੈਂਦੀ ਰੇਡ ਫਿਰ ਸਦਾਕਤ ਪ੍ਰਾਪਤ ਕਰਦੇ ਪਾਕਿਸਤਾਨੀ ਕਿ ਰੱਬ ਸੋਹਣਾ ਕਰਮ ਕਮਾਈ ਰੱਖੇ ਅਸੀਂ ਲੋਕਾਂ ਕੋਲੋਂ ਹਰਦੇ ਨਹੀਂ ਜਿਹੜੇ ਰਹਿੰਦੇ ਆਪਣੀ ਫੂਫਾ ਵਿੱਚ ਅਸੀਂ ਇਹੋ ਜਿਹਿਆਂ ਕੋਲ ਖੜਦੇ ਨਹੀਂ ਔਰ ਰੱਬ ਸੋਹਣੇ ਦਾ ਦਿੱਤਾ ਸਭ ਕੁਝ ਹੈ ਵੇਹ ਚੜ੍ਹਾਈ ਕਿਸੇ ਦੀ ਸੜਦੇ ਨਹੀਂ ਔਰ ਰੱਬ ਸੋਹਣਾ ਕਰਮ ਕਮਾਈ ਰੱਖੇ ਅਸੀਂ ਲੋਕਾਂ ਕੋਲੋਂ ਹਰਦੇ ਨਹੀਂ ਉਹ ਐਂ ਕਹਿੰਦੇ ਇਸ ਵੇਲੇ ਤਬਸ਼ਰ ਜੱਟਦਾ ਹੈ ਜੱਟ ਧੂੜਾ ਪਿਆ ਉਹ ਪਟਦਾ ਹੈ ਆਹ ਨੰਬਰ ਕਹਿੰਦੇ ਪਾਕਿਸਤਾਨੀ ਦੁੱਲੇ ਦਾ ਹੋ ਗਿਆ ਰੇਡ ਕਹਿੰਦੇ ਕਪਤਾਨ ਬੀ ਆਰ ਬੀ ਦਾ ਸਲਾਮ ਸਰ ਪੱਟੋ ਉਧਰ ਕਿੰਗ ਕਿੰਗ ਬਹੁਤ ਲੰਬੇ ਸਮੇਂ ਤੋਂ ਬਾਅਦ ਫਿਰ ਖੇਡ ਮੈਦਾਨਾਂ ਵਿੱਚ ਫਿੱਟ ਹੋ ਕੇ ਆਇਆ ਹੈ ਆਹ ਨੰਬਰ ਕਹਿੰਦੇ ਹੋ ਗਿਆ ਪੱਟੋ ਦਾ ਫਿਰ ਖੇਡ ਦੇ ਮੈਦਾਨ ਵਿੱਚ ਰਾਣੇ ਹੈਦਰ ਕਾਸ਼ੀ ਸੰਧੂ ਦਾ ਸ਼ਿਗਿਰਦ ਆ ਹਲਕੀ ਜੀ ਘੁੱਟ ਸਿੱਟੀ ਪੈਣ ਦੀ ਕਹਿੰਦੇ ਗੱਲ ਦੇ ਵਿੱਚ ਫਿਰ ਰੇਡ ਬੋਲ ਨੂੰ ਖੇਡ ਦੇ ਮੈਦਾਨ ਵਿੱਚ ਵਧਿਆ ਹੋਇਆ ਹੈ ਟਾਈਮ ਆਊਟ ਦੀ ਮੰਗ ਬੀ ਆਰ ਬੀ ਬੈਲਜੀਅਮ ਕੋਟੀ ਕਲੱਬ ਵੱਲੋਂ ਹੋਈ ਹੈ ਟਾਈਮ ਆਊਟ ਦੀ ਮੰਗ ਬੀ ਆਰ ਬੀ ਬੈਲਜੀਅਮ ਇਸ ਵੇਲੇ ਜਿਹੜਾ ਦੇਖਦੇ ਹੁਣ ਰੈਫਰੀ ਦਾ ਇਸ਼ਾਰਾ ਕਿ ਪੁਆਇੰਟ ਕਿਹਦੇ ਵੱਲ ਜਾਂਦਾ ਹੈ ਕੁਛ 6-5 ਆ ਰਹੀ ਹੈ ਮੈਦਾਨ ਵਿੱਚ ਬਈ ਪੁਆਇੰਟ ਧਾਵੀ ਦਾ ਆਹ ਨੰਬਰ ਕਹਿੰਦੇ ਹੋ ਗਿਆ ਰਾਣੇ ਹੈਦਰ ਭਰਾ ਦਾ ਨੰਬਰ ਹੋ ਗਿਆ ਹੈ ਪੈਂਦੀ ਰੇਡ ਖੇਡ ਦੇ ਮੈਦਾਨ ਵਿੱਚ ਆਇਆ ਮੀਆਂ ਆਸਮ ਕਹਿੰਦੇ ਅੰਸਰ ਮੁਸ਼ਤਾਕ ਕਬੱਡੀ ਕਲੱਬ ਦਾ ਮੁਦੱਸਰ ਮੁਸ਼ਤਾਕ ਦਾ ਚਹੇਤਾ ਕਬੱਡੀ ਪਾ ਰਿਹਾ ਘੁਰਤਲ ਪਿੰਡ ਆ ਜੋ ਖੇਡ ਦੇ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਲੋਹੇ ਵਰਗੇ ਪੱਟਾਂ ਉੱਤੇ ਮਾਰਦ ਪੋਲੀ ਥਾਪੀ ਇੱਕ ਪਾਸੇ ਖੜ ਕੇ ਰੇਡਰ ਦੂਸਰੇ ਪਾਸੇ ਜਾਫੀ
ਪਤਾ ਲੱਗ ਜੂ ਵਿੱਚ ਮੈਦਾਨੇ ਪੰਗਾ ਪੈ ਗਿਆ ਨਾਲ ਬਗਾਨੇ ਯਾਰ ਖੁਰਾਕਾਂ ਖਾਧੀਆਂ ਦੇ ਹਰ ਰਾਣਾ ਭਰਾ ਕੌਡੀ ਕੌਡੀ ਕਰਦੇ ਬੇਗ ਪੁੱਤ ਪੰਜਾਬੀਆਂ ਦੇ ਸਾਧ ਬਾਸ ਬੱਟ ਜੀ ਐਨ ਹਰਾ ਸ਼ੇਰੀਆਂ ਦੇ ਰਹੇ ਨੇ ਅਰਕੇ ਦੇ ਸਾਹਮਣੇ ਮੈਦਾਨ ਵਿਚਾਲੇ ਦੁੱਲਾ ਗਿਆ ਹੋਇਆ ਦੁੱਲਾ ਕਬੱਡੀ ਪਾ ਰਿਹਾ ਕਿ ਜਿਹੜੇ ਉਸਤਾਦਾਂ ਦੇ ਗੁਰਾਂ ਨੂੰ ਬਾਲਣ ਪੱਲੇ ਉਹ ਗੱਭਰੂ ਮੈਦਾਨਾਂ ਚ ਕਰਾਉਂਦੇ ਬੱਲੇ ਬੱਲੇ ਆਕੇ ਦੇ ਸਾਹਮਣੇ ਇਸ ਵੇਲੇ ਦੁੱਲਾ ਪਾਕਿਸਤਾਨੀ ਬਈ ਵੇਖਦੇ ਆ ਕਾਮਰਾਨ ਪਾਡਾ ਲੱਗਾ ਸੀਗਾ ਪਰ ਕਹਿੰਦੇ ਭਰ ਜੋਬਣ ਤੇ ਆਇਆ ਮੇਲਾ ਲੋਕੀ ਲੈਣ ਨਜ਼ਾਰੇ ਰੇਡਾਂ ਪੈਂਦੀਆਂ ਜਿੱਥੇ ਲੱਗਦੇ ਵੱਜਣ ਚੀਕਾਂ ਤਾਂ ਲਲਕਾਰੇ ਹਾਂ ਵੱਜਣ ਚੀਕਾਂ ਤੇ ਲਲਕਾਰੇ ਪੈਂਦੀ ਰੇਡ ਕਹਿੰਦੇ ਕਲੀਮੁੱਲਾ ਜੱਟ ਇਹਦੇ ਪਹਿਲੇ ਨੀ ਫੜਿਆ ਜਾਂਦਾ ਉੱਤੋਂ ਬੀ ਆਰ ਬੀ ਵਾਲੇ ਕਈਆਂ ਨੂੰ ਕਾਰ ਦੇਣੀ ਹੈ ਕਿੰਗ ਛੇੜ ਲਿਆ ਮੈਨੂੰ ਲੱਗਦਾ ਕਿੰਗ ਕਾਹਦਾ ਪ੍ਰਿੰਡ ਛੇੜ ਲਿਆ ਕਲੀਮੁੱਲਾ ਜੱਟ ਤੇ ਕਿੰਗ ਅਮਜਲ ਛੀਨੇ ਜੜ ਦਾ ਸ਼ਿਗਰ ਦਿਆ ਕਿ ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਸਿਰ ਕੱਢਵੇ ਰਿਕਾਰਡ ਪੈਦਾ ਕੀਤੇ ਹੋਏ ਆ ਹਾਂ ਨੰਬਰ ਕਹਿੰਦੇ ਹੋ ਗਿਆ ਫਿਰ ਰੇਡਰ ਦਾ ਨੰਬਰ ਕਲੀਮੁੱਲਾ ਜੱਟ ਦਾ ਹੋ ਗਿਆ ਹੈ ਹਾਂ ਨੰਬਰ ਕਲੀਮੁੱਲਾ ਜੱਟ ਦਾ ਫਿਰ ਇੱਕ ਵਾਰ ਹਾਂ ਕਾਰ ਵਾਲਾ ਜੱਟ ਨੰਬਰ ਆਪਣੀ ਟੀਮ ਲਈ ਜੋੜ ਗਿਆ ਪੈਂਦੀ ਰੇਡ ਰਾਣੇ ਪਰਿਵਾਰ ਦੀ ਹਾਂ ਕਰਦੇ ਗੱਲ ਆਪਣੀ ਬਰਾਦਰੀ ਦੀ ਭਰਾ ਕਬੱਡੀ ਖੇਡ ਕੇ ਜੱਗ ਵਿੱਚ ਛਾ ਗਏ ਉਹ ਵੇਖ ਲਓ ਗਰਾਊਂਡ ਵਿੱਚ ਸ਼ੇਰ ਆ ਗਏ ਇਹ ਸੋਹਣੀ ਖੇਡ ਬਣਾਉਂਦੇ ਆ ਤਾਂ ਹੀ ਤਾਂ ਲੋਕ ਮਾਣ ਕਰਦੇ ਤਾਂ ਨੋਟ ਬਣਾਉਂਦੇ ਆ ਉਹ ਕਹਿੰਦੇ ਤੜਕੇ ਉੱਠ ਡੰਡ ਮਾਰਦੇ ਆ ਐ ਤਾਂ ਨੀ ਲੋਕ ਸੈਲਫੀਆਂ ਖਿੱਚ ਫੇਸਬੁੱਕਾਂ ਉੱਤੇ ਚਾੜਦੇ ਆ ਆਹ ਰਾਜਪੂਤ ਸਾਹਮਣੇ ਹੋਇਆ ਉਹ ਪਦੇਸ਼ਾ ਬਰਾਦਰੀ ਦਾ ਮਾਣ ਹੈ ਗੱਭਰੂ ਹੀਰਾ ਇੱਧਰ ਆ ਹੈਦਰ ਵੀਰਿਆ 10,000 ਰੁਪਇਆ ਮਿੱਠੂ ਆਪਣਾ ਸ਼ਾਨੀ ਮਲਕ ਜੀ ਉੜਾ ਲੋ ਮਿੱਠੂ ਭਾਜੀ ਹੁਰਿਆ ਲੋ ਵੱਡੇ ਮਾਣਵੇ ਰਾਣਾ ਵਹਾਬ ਜੀ ਅੱਜ ਕਹਿੰਦੇ ਐਣ ਉਹ ਗੱਲ ਕਹਿੰਦੇ 30,000 ਵਿੱਚ ਹੋ ਰਹੀ ਹੈ ਉਹ ਸੱਪਾਂ ਵਾਲਾ ਦਾ ਪੁਆਇੰਟ ਕਹਿੰਦੇ ਧਾਵੀ ਦਾ ਲੈ ਵੀ ਅਨਸਾਰੀਆ ਚੱਕਲਾ ਮੈਂ ਕਿ ਕਰਦੇ ਗੱਲ ਸਿਰ ਰੇਡ ਕਹਿੰਦੇ ਨਿਯਾਮਪੁਰੀਆ ਦੁੱਲਾ ਇਹਦਾ ਗਲਾਂਢ ਪਿੰਡਿਆ ਚੇਲੇ ਵਾਲਾ ਨਿਯਾਮਪੁਰ ਪਿੰਡਿਆ ਕਹਿੰਦੇ ਇਸ ਮੁੰਡੇ ਦਾ ਜੋ ਕਬੱਡੀ ਖੇਡ ਦੇ ਮੈਦਾਨ ਵਿੱਚ ਪਾ ਰਿਹਾ ਹੈ ਗੱਲ ਵਿੱਚ ਮਾਂ ਨੇ ਧਾਗਾ ਕਰਾ ਕੇ ਪਾਇਆ ਹੈ ਕਿ ਪੁੱਤ ਨੂੰ ਨਜ਼ਰ ਨਾ ਲੱਗ ਜਾਵੇ ਕਿਉਂਕਿ ਖੇਡਿਆ ਕਹਿੰਦੇ ਕੈਨੇਡਾ ਵਿੱਚ ਵੀ ਤਗੜਾ ਯੰਗ ਕਬੱਡੀ ਕਲੱਬ ਵੱਲੋਂ ਜੋ ਰੇਡ ਖੇਡ ਦੇ ਮੈਦਾਨ ਵਿੱਚ ਪਾ ਰਿਹਾ ਹੈ ਮਿੱਠੂ ਜੱਠੜੋ ਨੇ ਪਹਿਲੀ ਵਾਰ ਕੈਨੇਡਾ ਦੀ ਆ ਕੇ ਵੱਡਾ ਮਾਣ ਦਿੱਤਾ ਹੈ ਪਰ ਫਸਲਿਆ ਗੁੱਜਰ ਦੀ ਵਿਸਲਾ ਫੈਸਲਾ ਨੰਬਰ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਛੱਡ ਰੈਫਰੀ ਨੇ ਫਿਸ਼ਲ ਨੇ ਫੈਸਲਾ ਦਿੱਤਾ ਹੈ ਰੈਫਰੀ ਦਾ ਫੈਸਲਾ ਟੱਲ ਹੋਣਾ ਹੈ ਹਾਂ ਨੰਬਰ ਕਹਿੰਦੇ ਦੁੱਲੇ ਦਾ ਹੋ ਗਿਆ ਖੇਡ ਦੇ ਮੈਦਾਨ ਵਿੱਚ ਸਦਾਕਤ ਭਰਾ ਫਿਰ ਜੋ ਰੇਡ ਪਾਊਗਾ ਜੀ ਕਰਦੀ ਗੱਲ ਭਰਾ ਬੱਬੀ ਜੱਟ ਭੋਲੇ ਭੋਲੇ ਬੱਬ ਧਰਦਾ ਹੋਇਆ ਕਿ ਜਿਹਨਾਂ ਪਿੱਛੇ ਉਸਤਾਦਾਂ ਦਾ ਹੱਥ ਹੁੰਦਾ ਉਹ ਗੱਭਰੂ ਮੈਦਾਨ ਵਿੱਚ ਧੂੜਾਂ ਪੱਟਦੇ ਰਹੇ ਖਾਧੀਆਂ ਖੁਰਾਕਾਂ ਦਾ ਕੀਤੀਆਂ ਮਿਹਨਤਾਂ ਜਿਹਨਾਂ ਐਂਡ ਤੱਕ ਉਹੀ ਮੈਦਾਨਾਂ ਵਿੱਚ ਡੱਟਦੇ ਰਹੇ ਆਕੇ ਨੇ ਵੈਸ ਬਾਈ ਲੱਗਾ ਸੀਗਾ ਪਰ ਨੱਚਦਾ ਟੱਪਦਾ ਹੱਸਦਾ ਆ ਰਿਹਾ ਪੱਟੋ ਹੀਰਾ ਹੈ ਵੀਰੋ ਹਾਂ ਰੇਡ ਕਹਿੰਦੇ ਖੇਡ ਦੇ ਮੈਦਾਨ ਵਿੱਚ ਕਹਿੰਦੇ ਕਬੱਡੀ ਪਾ ਰਿਹਾ ਹੈ ਆਸਮ ਰਾਜੇ ਦੇ 3 ਜੱਫੇ ਅਵੈਸ ਕਿੰਗ ਦੇ 3 ਜੱਫੇ ਆ ਰਾਣਾ ਫਰਾਜ਼ ਭਰਾ ਤੇ ਕਹਿੰਦੇ ਤਈਏ ਵੇ ਕੈਨੇਡਾ ਵਾਲਾ ਭਰਾ ਉਹਦੇ ਵੱਲੋਂ 10,000 ਦੇ ਹੁਣੇ ਹੈ ਪੈਂਦੀ ਰੇਡ ਰਾਣੇ ਪਰਿਵਾਰ ਦੇ ਬੱਬਰ ਸ਼ੇਰ ਦੀ ਹਰ ਰਾਣਾ ਹੈਦਰ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਕਿ ਔਖੇ ਰੋਕਣੇ ਤੂਫਾਨ ਪਾਣੀ ਨੇਰੀਆਂ ਔਖੇ ਰੋਕਣੇ ਖਿਡਾਰੀ ਸਾਹਨਾ ਵਰਗੇ ਔਖਾ ਕੁਝ ਨੀ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਹਲਾਕੇ ਜੱਗ ਧਰਦੇ ਵਾਟਰ ਬ੍ਰੇਕ ਆਰਾਮ ਦੇ ਪਲ ਕਿ ਨਿੱਕੀ ਉਮਰੇ ਕੰਮੇ ਪੈ ਗਏ ਸ਼ੌਕ ਵੀ ਸਾਰੇ ਪਿੱਛੇ ਰਹਿ ਗਏ
10 10 ਹਜ਼ਾਰ ਦਾ ਹੋਇਆ ਹੈ। ਕਹਿੰਦੇ ਸਾਹਮਣੇ ਫਿਰ ਬੱਬੀ ਜੱਟ ਕਬੱਡੀ ਪਾ ਰਿਹਾ ਹੈ। ਹਾਂ ਬੱਬੀ ਜੱਟ ਕਬੱਡੀ ਪਾ ਰਿਹਾ ਹੈ। ਹੋ ਜੱਟ ਦੀਆਂ ਟੌੜਾਂ ਨੇ, ਜੱਟ ਟੁਰਦਾ ਬੜਕ ਦੇ ਨਾਲ, ਹੋ ਜੱਟ ਦੀਆਂ ਟੌੜਾਂ ਨੇ, ਫਾਈਨਲ ਫੱਬਿਆ ਹੋਇਆ, ਧਰਤੀ ਸ਼ਾਹ ਕੁੜਦੀ ਹੈ, ਐਨ ਕਹਿੰਦੇ ਗੱਲਾਂ ਸਿਰੇ ਲੱਗੀਆਂ ਹੋਈਆਂ ਨੇ। ਆਹ ਕਹਿੰਦੇ ਦੂਜੇ ਪਾਸੇ ਹੋਲਾ ਤਗੜਾ ਜਿਹਾ, ਹੋ ਸੱਪਾਂ ਵਾਲਾ ਹੋਈ ਪਈ ਹੈ। ਹੋ ਪੁਆਇੰਟ ਕਹਿੰਦੇ ਹਾਊਸ ਆਫ ਟਾਇਰ ਸ਼ੇਰੇ ਪੰਜਾਬ ਦੇ ਖਾਤੇ ਜੁੜ ਗਿਆ। ਹੋ ਪੁਆਇੰਟ ਕਹਿੰਦੇ ਸਟਾਲ ਗਰਾਮ ਬਾਸ ਬੱਟ ਦੀ ਟੀਮ ਦਾ ਹੋ ਗਿਆ ਵੀਰ। ਵਾਧੂ ਬੰਦੇ ਭਰਾ ਬਣਿਆ, ਬਾਹਰ ਹੋ ਜਾਓ ਵਾਧੂ ਬੰਦੇ। ਆਹ ਰੇਡ ਬੋਲ ਕਹਿੰਦੇ ਆ ਗਿਆ, ਰਾਣਾ ਹੈਦਰ ਕਹਿੰਦੇ ਕਬੱਡੀ ਕਬੱਡੀ ਕਰਦਾ ਖੇਡ ਦੇ ਮੈਦਾਨ ਵਿੱਚ, ਕਿ ਰੱਖੀਏ ਯਕੀਨ ਸਦਾ ਉਸ ਰੱਬ ਤੇ, ਕਰੀਏ ਨਾ ਗੱਲਾਂ ਕਦੇ ਵੀ ਵੱਧ ਵੱਧ ਕੇ। ਹਰ ਰੱਬ ਚਾਹੇ ਤੇ ਗੁੱਡੀ ਅਮਰੀ ਚੜਾ ਸਕਦਾ, ਜੇ ਨਾ ਚਾਹੇ ਚੜੀ ਹੋਈ ਵੀ ਲਾ ਸਕਦਾ। ਹਰ ਰੇਡ ਰਾਣੇ ਹੈਦਰ ਦੀ ਤੇ ਸਾਰਾ ਟੱਬਰ ਟੁੱਟ ਟੁੱਟ ਪੈਂਦਾ ਹੈ। ਹਰ ਨੰਬਰ ਕਹਿੰਦੇ ਰਾਣੇ ਹੈਦਰ ਦਾ ਪੈਂਦੀ ਰੇਡ ਮੀਆਂ ਅਸਮ ਦੀ, ਤੇ ਸਦਾਕਤ ਭਰਾ ਆ ਜਾ ਉੱਥੇ ਹੀ। ਕਹਿੰਦੇ ਤਿਆਰ ਹੈ ਕਿ ਉਹ ਕਦੇ ਵੀ ਮੰਜ਼ਿਲ ਨਹੀਂ ਪਾਉਂਦੇ ਜੋ ਢਿੱਡ ਦੇ ਕੋਹੜੇ ਹੁੰਦੇ ਨੇ, ਉਹ ਕਿਸੇ ਕਰਤੂਤ ਦੇ ਮਾਲਕ ਨਹੀਂ ਜੋ ਫੋਕੇ ਚੌੜੇ ਹੁੰਦੇ ਨੇ। ਉਹ ਕਹਿੰਦੇ ਸੱਪਾਂ ਵਾਲਾ ਹੋਏ ਅੱਜ ਇਮਰਾਨ ਭਾਇਆ ਜੀ, ਬਈ ਸਟਾਲ ਫਾਰੀ ਜੀ, ਸੱਪਾਂ ਵਾਲੇ ਨੇ ਹੱਕ ਦਾ ਕਰ ਦਿੱਤਾ ਹੈ, ਹੱਕ ਦਾ ਕਰ ਦਿੱਤਾ, ਦੁਨੀਆ ਜੁੜੀ ਹੈ। ਕਹਿੰਦੇ ਸ਼ਾਹਕੋਟ ਵਾਲਾ ਕੱਪ ਭਾਵੇਂ 2 ਵੱਜ ਜਾਣ ਭਾਵੇਂ 3 ਵੱਜ ਜਾਣ, ਉਹ ਹਿੱਲਣਾ ਨਹੀਂ ਹੈਗਾ। ਅੱਜ ਉਹ ਮੈਚ ਸਾਰੇ ਹੀ ਤੱਕਾਂਗੇ, ਇਹ ਅੱਜ ਫਾਈਨਲ ਦੇਖ ਕੇ ਜਾਵਾਂਗੇ। ਦਰਸ਼ਕਾਂ ਦਾ ਵੱਡਾ ਧੰਨਵਾਦ ਹੈ ਕਿ 2 ਭੱਜੀਆਂ ਨੂੰ ਇੱਕੋ ਜਿੱਕੇ ਵਾਣ ਮਿੱਤਰੋ, ਅੱਜ ਟੱਕਰੇ ਆ ਹਾਣੀਆਂ ਨੂੰ ਹਾਣ ਮਿੱਤਰੋ। ਹਰ ਰਾਜਾ ਖੇਲੇਗਾ ਲਿਖੇ ਲੱਖ ਲੱਖ ਦੀ ਧੁੱਪ ਪੈ ਗਈ ਆ ਭਾਈ ਮਿੱਠੂ ਜੱਠੂਆਂ ਦੇ ਕਬੱਡੀ ਕੱਪ ਦੀ, ਪੈਂਦੀ ਰੇਡ ਕਹਿੰਦੇ ਨਿਜ਼ਾਮਪੁਰੀ। ਆ ਦੁੱਲਾ ਖੇਡ ਦੇ ਮੈਦਾਨ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ, ਇਹ ਦੁੱਲਾ ਕਹਿੰਦੇ ਕੈਨੇਡਾ ਵਿੱਚ ਵੀ ਤਗੜਾ ਖੇਡਿਆ, ਇਹਨੂੰ ਪਹਿਲੀ ਵਾਰ ਕਹਿੰਦੇ ਕੈਨੇਡਾ ਵਿੱਚ ਲਈ ਜਾਣ ਵਾਲੇ ਭਾਈ ਮਿੱਠੂ ਜੱਠੂਆਂ ਦਾ। ਆਹ ਕੈਨੇਡਾ ਵਾਲਿਆਂ ਦਾ ਗੱਡਵਾ ਧੰਨਵਾਦ ਹੈ ਜਿਹਨਾਂ ਨੇ ਕਹਿੰਦੇ ਪਲੇਅਰਾਂ ਨੂੰ ਵੀ ਜਹਾਜ਼ਾਂ ਦੇ ਝੂਟੇ ਦੇ ਦਿੱਤੇ ਹੈ। ਆਹ ਜਿਹਨਾਂ ਨੇ ਕਹਿੰਦੇ ਪਲੇਅਰਾਂ ਦੇ ਦਿਨ ਫੇਰੇ ਹੈ, ਜਿਹੜੇ ਪਲੇਅਰਾਂ ਵੀ ਡਾਲਰਾਂ ਵਿੱਚ ਖੇਡਦੇ ਹੈ। ਆਹ ਭਾਈ ਮਿੱਠੂ ਜੱਠੂਆਂ ਨੇ ਕਹਿੰਦੇ ਉਹ ਮੁੰਡੇ ਕੈਨੇਡਾ ਵਿੱਚ ਸੈੱਟ ਕੀਤੇ ਹੈ, ਪੈਂਦੀ ਰੇਡ ਬੱਬੀ ਦੀ ਤੇ ਸਦਾਕਤ ਭਾਈ ਇਹਦਾ ਕੀ ਖਿਆਲ ਆ। ਚਿੱਟਾ ਵਾ ਮੁੰਡਾ, ਜੱਟ ਹੀਰਾ, ਜੱਟ ਹੀਰਾ, ਹੋ ਜੱਟ ਕਹਿੰਦੇ ਐਣ ਅੱਜ ਪੱਟਾਂ ਤੇ ਥਾਪੀਆਂ ਮਾਰ ਰਿਹਾ, ਕਿ ਜ਼ੋਰ ਬਿਨਾਂ ਪੱਟਾਂ ਤੇ ਥਾਪੀ ਵੱਜਦੀ ਨਾ, ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ, ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ। ਕਹਿੰਦੇ ਮੁੰਡਾ ਐਕਸ਼ਨ ਮਾਰਦਾ ਹੋਇਆ, ਆਈਰਾ ਆਈਰਾ ਸਵਾਦ ਆ ਕਬੱਡੀ ਦਾ। ਹਾਂ ਮੁੰਡਾ ਐਕਸ਼ਨ ਮਾਰਦਾ ਆ, ਕਿ ਐਨ ਕਹਿੰਦੇ ਆ ਗਿਆ ਰੇਡ ਬੋਲ ਨੂੰ। ਕਹਿੰਦੇ ਰਾਣਾ ਹੈਦਰ ਕਹਿੰਦੇ ਖੇਡ ਦੇ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ। ਹਰ ਰਾਣੇ ਹੈਦਰ ਦੀ ਕਬੱਡੀ ਪੈਣ ਜਾ ਰਹੀ ਹੈ, ਜਾਫੀ 4 ਡਬਲ ਟੱਚ ਤੇ ਫਜ਼ਲੇ ਆ ਗੁੱਜਰ ਦੀ ਵਿਸਲ ਦਾ ਫੈਸਲਾ। ਹਰ ਨੰਬਰ ਰਾਣੇ ਦਾ ਹੋ ਗਿਆ ਹੈ, ਪੈਂਦੀ ਰੇਡ ਮੀਆਂ ਅਸਮ ਦੀ ਤੇ ਸਦਾਕਤ ਭਰਾ ਕਰਦੇ ਗੱਲ ਮੁੰਡੇ ਦੀ। ਮੀਆਂ ਅਸਮ ਆਇਆ ਹੋਇਆ ਕਿ ਪਿੰਡਾਂ ਵਾਲਾ ਰਾਈ ਤੇਰੇ ਸ਼ਹਿਰ ਵਿੱਚ ਆਊ, ਉਹ ਸ਼ਹਿਰ ਵਿੱਚ ਆ ਕੇ ਕਹਿੰਦੇ ਆ ਤੁਸੀਂ ਕਰਾਊ, ਹੋ ਪਿੰਡਾਂ ਵਾਲਾ ਰਾਈ ਤੇਰੇ ਸ਼ਹਿਰ ਵਿੱਚ ਆਊ। ਆ ਕਹਿੰਦੇ ਅਸਮ ਰਾਜਾ, ਹੋ ਜਿਹੜੇ ਅੱਗੇ 3 ਜਫੇ ਆਏ ਸੀਗੇ, ਉਹ ਜਦੋਂ 3-3 ਲੱਖ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਉਦੋਂ ਵੀ ਮੁੰਡੇ ਨੇ ਕਹਿੰਦੇ ਐਨ ਹੋ ਮਾਣ ਸਾਂਝੇ ਕੀਤੇ ਆ, ਉਹ ਸਿਰੇ ਲਾਏ ਸੀਗੇ। ਆਹ ਖੇਡ ਦੇ ਮੈਦਾਨ ਵਿੱਚ ਤੁਰੇ ਆਉਂਦਾ ਨਿਜ਼ਾਮਪੁਰੀ ਆ ਦੁੱਲਾ ਬਈ, ਲੱਗਦਾ ਮੈਦਾਨਾਂ ਵਿੱਚ ਸ਼ੇਰ ਜਿਵੇਂ ਖੁੱਲਾ ਬਈ। ਹਾਂ ਨਿਜ਼ਾਮਪੁਰੀ ਆ ਦੁੱਲਾ, ਟੱਕਰ ਵੇਖਣ ਯੋਗ ਹੈ, ਟੱਕਰ ਸ਼ੇਰਾਂ ਦੀ, ਦੁੱਲਾ ਤੇ ਰਾਣਾ, ਰਾਣਾ ਤੇ ਦੁੱਲਾ, ਬੱਲੇ ਸਿਰਾ ਐਂਡੇ ਆਤੇ, ਹਾਏ ਰੱਬਾ ਮੇਰਿਆ ਫਿਰ ਦੁੱਲਾ, ਦੁੱਲਾ ਤੇ ਰਾਣਾ। ਹਾਂ ਨੰਬਰ ਦੁੱਲੇ ਦਾ, ਦੁੱਲਿਆ ਆ ਜਾ ਇੱਧਰ, 10,000
ਭਈਆ ਭਾਜੀ ਮਿੱਠੂ ਜਾਠੂਣਾ ਵੱਲੋਂ, ਸ਼ਾਦੀ ਵੱਲੋਂ ਕੈਨੇਡਾ ਵਾਲੇ, ਤੇ ਨਾਲ ਭਰਾ ਸਾਡਾ ਰਾਣਾ ਵਹਾਬ ਉਹਨਾਂ ਵੱਲੋਂ ਵੀ ਜ਼ਰੂਰ ਆ ਕੇ ਆਪਣਾ ਨਾਮ ਲੈ ਲਈ। ਹਾਓ 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 ਹਾਓ, ਉਹ ਦੁਨੀਆ ਦਾ ਰੌਲਾ ਦੱਸਦਾ ਕਿ ਸੱਪਾਂ ਵਾਲਾ ਲੱਗੂਗਾ, ਉਹ ਦੁਨੀਆ ਦਾ ਰੌਲਾ ਦੱਸਦਾ ਕਿ ਸੱਪਾਂ ਵਾਲਾ ਸਾਹਮਣੇ ਹੋਏ, ਉਹ ਦੁਨੀਆ ਖੁਸ਼ ਹੈ। ਆ ਵੇਖ ਨਜ਼ਾਰਾ, ਆ ਵੇਖ ਨਜ਼ਾਰਾ, ਆ ਵੇਖ ਨਜ਼ਾਰਾ, ਹਾਓ ਜਿਹਨੂੰ ਜਿਹਨੂੰ ਉਹ ਸਵਾਦ ਆਇਆ ਬਈ, ਇੱਕ ਵਾਰ ਤਾੜੀਆਂ ਮਾਰਦੇ ਜਿਹੜਾ ਜ਼ੋਰਦਾਰ, ਹਾਓ ਸਿਰਾ ਹੋ ਗਿਆ ਖੇਡ ਕਬੱਡੀ ਵਾਲਾ ਬਾਈ। ਵਾਮ ਉੱਥੇ ਰਵੇ, ਵਾਮ ਅੰਦਰ ਨਾ ਆਵੇ ਗਰਾਊਂਡ ਦੇ ਵਿੱਚ, ਪੈਂਦੀ ਰੇਡ ਰਾਣੀ ਹੈਦਰ ਦੀ ਖੇਡ ਦੇ ਮੈਦਾਨ ਵਿੱਚ। ਫਾਈਨਲ ਮੈਚ ਹੈ, ਹਾ ਬਿਨਾਂ ਚੁੱਲ੍ਹਿਆਂ ਤੋਂ ਅੱਗ ਨਿਕਲਣ ਲਈ ਹੈ ਖੇਡ ਦੇ ਮੈਦਾਨ ਵਿੱਚ ਮੇਰੇ ਮਿੱਤਰੋ। ਪੈਂਦੀ ਰੇਡ ਕਹਿੰਦੇ ਰਾਣੀ ਹੈਦਰ ਦੀ ਜਾਫੀ ਜਾ ਰਿਹਾ, ਹਾਥੀ ਉਹਨਾਂ ਦੇ ਕੰਬਦੇ ਜੋ ਟਾਈਆਂ ਦੀਆਂ ਬੰਨਦੇ, ਹਾ ਘੁੱਗੀ ਦੇ ਆਂਡਿਆਂ ਵਿੱਚੋਂ ਮਿੱਤਰਾ ਬਾਜ ਨਹੀਂ ਉਹ ਜੰਮਦੇ, ਹਾ ਘੁੱਗੀ ਦੇ ਆਂਡਿਆਂ ਵਿੱਚੋਂ ਮਿੱਤਰਾ ਬਾਜ ਨਹੀਂ ਉਹ ਜੰਮਦੇ। ਪੈਂਦੀ ਰੇਡ ਵੀ ਆ ਸਮਝੀ ਤੇ ਸਦਾਕਤ ਪ੍ਰਾਗ ਕਰਦੇ ਗੱਲ ਮੁੰਡੇ ਦੀ, ਆਸੂ ਗਿਆ ਹੋਇਆ ਮੀਆਂ ਆਸਫ ਹੈ। ਔਰ ਅਗਲੇ ਪਾਸੇ ਵੀ ਅੱਜ ਹਾਊਸ ਆਫ ਟਾਇਰ ਸ਼ੇਰੇ ਪੰਜਾਬ ਕਬੱਡੀ ਕਲੱਬ ਵੀ ਐਨ ਸ਼ੂਕਦਾ ਹੋਇਆ, ਆਸਮ ਰਾਜਾ ਬੱਲੇ ਬੱਲੇ ਕਰਾਉਂਦਾ ਹੋਇਆ, ਆਹ ਡਾਈਆਂ ਵੱਜਦੀਆਂ ਹੋਈਆਂ ਨੇ। ਆਹ ਮੁੰਡਾ ਕਹਿੰਦੇ ਭਰਿਆ ਮੇਲਾ ਲੁੱਟ ਲਗਿਆ, ਸ਼ਾਨੀ ਭਰਿਆ ਮੇਲਾ ਲੁੱਟ ਲਗਿਆ ਵੀ ਆਪਣਾ ਨਾਮ ਲੈ ਰਾਣਾ ਹਾਦਰ ਸ਼ਾਨੀ ਮਲਿਆ ਕੇ ਰਾਣਾ ਵਹਾਬ ਕੈਨੇਡਾ ਵਾਲੇ ਵੀਰ ਸਾਡੇ ਉਹਨਾਂ ਵੱਲੋਂ ਵੱਡੇ ਮਾਣ ਉੱਤੇ ਜਾ ਰਹੇ ਹੈ। ਚੱਲ ਵੀ ਆ ਗਿਆ ਰੇਡ ਪਾਉਣ ਨੂੰ, ਕਹਿੰਦੇ ਫਿਰ ਦੁੱਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਵਿੱਚ। ਹਾਂ ਨਿਯਾਮ ਪ੍ਰੀਆ ਦੁੱਲਾ ਚੇਲਿਆਂ ਦਾ ਨਿਯਾਮ ਪਰ ਪੇਂਡਿਆ ਮੁੰਡੇ ਦਾ ਰਾਣੇ ਨਹੀਂ ਬਾਬਰ ਦਾ ਸ਼ਿਗਿਰਦ ਹੈ ਜੋ ਖੇਡ ਦੇ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ। ਐਨ ਕਹਿੰਦੇ ਫਿਰ ਪੈਰ ਬਾਹਰ ਪਿਆਰ ਨਾਲ, ਪਿਆਰ ਨਾਲ ਭਾਵੇਂ ਮਿਰਚਾਂ ਵੀ ਵੇਚ ਲਈਏ ਗੁੱਸੇ ਵਾਲੀ ਖੰਡ ਵੀ ਪਈ ਰਹਿ ਜਾਂਦੀ ਹੈ। ਮੈਚ ਸਮਾਪਤ।